ਸਾਡਾ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਆਫਿਸ ਆਫ ਦੀ ਡਿਸਟ੍ਰਿਕਟ ਸੈਸ਼ਨ ਜੱਜ ਰੂਪਨਗਰ ਮਤਲਬ ਕਿ ਡਿਸਟ੍ਰਿਕਟ ਕੋਰ ਰੂਪਨਗਰ ਵਿੱਚ ਜੜੀ ਵੈਕੈਂਸੀ ਆਈ ਸੀ ਜੀ ਪ੍ਰੋਸੈਸ ਸਰਵਰ ਦੀ ਤਾਂ ਉਸ ਦਾ ਪਹਿਲਾ ਰਿਜ਼ਲਟ ਆਇਆ ਸੀ ਜੀ ਤੇ ਉਹਨਾਂ ਨੂੰ ਮਿਲ ਕੀ ਜਿਹੜੇ ਕੈਂਡੀਡੇਟ ਪ੍ਰੋਸੈਸ ਸਰਵਰ ਲਈ ਮਿਲ ਕੀ ਆਪਣੇ ਇੰਟਰਵਿਊ ਲਈ ਬੁਲਾਇਆ ਗਿਆ ਸੀ ਉਹਨਾਂ ਵਿੱਚੋਂ ਮਿਲ ਕੀ ਕੈਂਡੀਡੇਟ ਸੈਲੈਕਟ ਕੀਤੇ ਗਏ ਸੀ ਤੇ ਵੇਟਿੰਗ ਲਿਸਟ ਵੀ ਜਾਰੀ ਕੀਤੀ ਗਈ ਸੀ ਜੀ ਤੇ ਉਹਦੇ ਰਿਗਾਰਡਿੰਗ ਮਿਲ ਕੀ ਇੱਕ ਹੋਰ ਮਿਲ ਕੀ ਨੋਟੀਫਿਕੇਸ਼ਨ ਅੱਜ ਜਾਰੀ ਕੀਤੀ ਗਈ ਹੈ ਜੀ ਕਿ ਇੱਕ ਅਪਡੇਟ ਦਿੱਤੀ ਗਈ ਹੈ ਵੇਟਿੰਗ ਲਿਸਟ ਦੇ ਰਿਗਾਰਡਿੰਗ ਤੇ ਮੇਡੀ ਉਡੀ ਸੂਚੀ ਹੁੰਦੀ ਆ ਮਣਕੀ ਜਿਹੜੀ ਵੇਟਿੰਗ ਲਿਸਟ ਬਣਾਈ ਇਹਨਾਂ ਨੇ ਇਹਦੇ ਕੋਲ ਚੇਂਜ ਕੀਤਾ ਗਿਆ ਵਾ ਅਪਡੇਟ ਕੀਤਾ ਗਿਆ ਵਾ ਤਾਂ ਤੁਸੀਂ ਪੀਡੀਐਫ ਤੇ ਜਾ ਕੇ ਦੇਖ ਸਕਦੇ ਹੋ ਜੀ ਕੀ ਅਪਡੇਟ ਦਿੱਤੀ ਗਈ ਆ ਜੀ ਬਾਕੀ ਤੁਸੀਂ ਡਿਸਟ੍ਰਿਕਟ ਕੋਰਟ ਦੀ ਮਣਕੀ ਅਫੀਸ਼ਲ ਸਾਈਟ ਤੇ ਜਾ ਕੇ ਰਿਕਰੂਟਮੈਂਟ ਕਾਲਮ ਤੇ ਜਾ ਕੇ ਦੇਖ ਸਕਦੇ ਹੋ ਨਹੀਂ ਤਾਂ ਮੈਂ ਟੈਲੀਗ੍ਰਾਮ ਗਰੁੱਪ ਤੇ ਮਣਕੀ ਪੀਡੀਐਫ ਪਾ ਦਾਂਗਾ ਤੇ ਆਪਾਂ ਪੀਡੀਐਫ ਓਪਨ ਕਰਦੇ ਆ ਜੀ ਕਿ ਇਹਦੇ ਵਿੱਚ ਕੀ ਇਨਫੋਰਮੇਸ਼ਨ ਆਈ ਆ ਤਾਂ ਉਹਦੇ ਵੀ ਜਿਹੜੇ ਕਈ ਕੈਂਡੀਡੇਟਸ ਹੈਗੇ ਸੀ ਜਿਹੜੇ ୱੇਟਿੰਗ ਲਿਸਟ ਵਿੱਚ ਹੈਗੇ ਸੀ ਉਹ ਅਪਡੇਟ ਕੀਤੇ ਗਏ ਆ ਜੀ ਉਹ ਆਪਣੀ ਲਿਸਟ ਦੇਖ ਸਕਦੇ ਆ ਜੀ ਠੀਕ ਹੈ ਕੈਟਾਗਰੀ ਵਾਈਜ਼ ਤੇ ਜਿਹੜੇ ਵੀ ਹੁਣ ਮੰਨ ਲਾਗੇ ਕੈਂਡੀਡੇਟਸ ਅਗੇ ਜਿਹੜੇ ਮੰਨ ਕੇ ਸਿਲੈਕਟ ਹੋਇਆ ਹੋਊਗਾ ਜਿਹਨਾਂ ਨੂੰ ਸਿਲੈਕਟ ਕੀਤਾ ਜੇ ਉਹ ਆਪਣੇ ਡਾਕੂਮੈਂਟ ਵਗੈਰਾ ਨਹੀਂ ਕੋਈ ਪੂਰੇ ਵਗੈਰਾ ਕਰਦਾ ਤਾਂ ਜਿਹੜੇ ਵੀ ਆ ਕੈਂਡੀਡੇਟ ਹੈਗੇ ਆ ਜੀ ਇਹਨਾਂ ਨੂੰ ਮੌਕਾ ਦਿੱਤਾ ਜਾਣਾ ਵਾ ਠੀਕ ਆ ਜੀ ਤੇ ਵੈਸੇ ਇਹਨਾਂ ਦਾ ਵੀ ਸ਼ੰਦ ਮੀਪੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਸਕਦੀ ਆ ਤੇ ਇਸ ਕਰਕੇ ਉਹ ਵੀ ਇਨਫੋਰਮ ਕੀਤਾ ਆਪਣੇ ਕੋਰਨਰ ਨਾਲ ਸੰਪਰਕ ਦੇ ਵਿੱਚ ਰਹਿਣ ਜਿਹੜੇ ਵੀ ਉਹਨਾਂ ਆਪਣੇ ਈਮੇਲ ਜਾਂ ਨੰਬਰ ਵਗੈਰਾ ਦਿੱਤੇ ਆ ਜੀ ਉਹਨਾਂ ਦੇ ਚੱਲਦੇ ਹੁਣ ਜੋ ਵੀ ਅਪਡੇਟ ਹੋਊਗੀ ਜੀ ਉਹਨਾਂ ਨੂੰ ਇਨਫੋਰਮ ਕੀਤਾ ਜਾਊ ਕੈਂਡੀਡੇਟਸ ਨੂੰ ਇਸ ਕਰਕੇ ਆਪਣੀ ਮੇਲ ਜਾਂ ਫੋਨ ਨੰਬਰ ਵਗੈਰਾ ਚੈੱਕ ਕਰਦੇ ਰਹਿਣ ਕਿ ਤੁਹਾਨੂੰ ਕੋਈ ਵੀ ਕਾਲ ਆਉਂਦੀ ਆ ਤਾਂ ਉਸ ਟਾਈਮ ਜਦੋਂ ਬੁਲਾਇਆ ਜਾਂਦਾ ਤੁਸੀਂ ਉਸ ਟਾਈਮ ਹਾਜ਼ਰ ਹੋਵੋ ਤੇ ਜਿਨ੍ਹਾਂ ਦੇ ਕੈਂਡੀਡੇਟ ਦੇ ਨੇਮ ਆਉਣਗੇ ਅੱਗੇ ਪ੍ਰੋਸੈਸਰ ਵਾਲੀ ਹਮਲੇ ਵਾਲੀ ਪ੍ਰੋਸੈਸਰ ਵਾਲੀ ਵਿੱਚ ਕਿਥੇ ਜਿਹੜੇ ਕੈਂਡੀਡੇਟ ਸੈਲੈਕਟ ਨਹੀਂ ਹੋਏ ਇਸ ਕਰਕੇ ਮਣਕੀ ਜੁਆਇਨਿੰਗ ਲੈਟਰ ਹਲੇ ਤੱਕ ਨਹੀਂ ਮਿਲਿਆ ਇਸ ਕਰਕੇ ਤੁਸੀਂ ਆਪਣੀ ਧਿਆਨੀ ਰੱਖੋ ਸਾਰੇ ਇਹਨੇ